ਸਤਿ ਸ਼੍ਰੀ ਅਕਾਲ, ਸਵਾਗਤ ਜੀ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਨੇ ਡਾਕਟਰ ਰਵੀ ਗਰਗ ਜੀ, ਪਾਇਨਰ ਇਮੀਗ੍ਰੇਸ਼ਨ ਤੋਂ। ਗੱਲਬਾਤ ਦਾ ਵਿਸ਼ਾ ਹੈ ਕੈਨੇਡਾ ਸਟੱਡੀ ਵੀਜ਼ਾ। ਦੁਬਾਰਾ ਗੱਲ ਕਰ ਰਹੇ ਹਾਂ ਕੈਨੇਡਾ ਸਟੱਡੀ ਵੀਜ਼ਾ। ਬਹੁਤ ਸਾਰੇ ਬੱਚਿਆਂ ਦੇ ਕੁਐਸਚਨਸ ਆਏ ਹੋਏ ਨੇ, ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਸ ਚੀਜ਼ ਨੂੰ ਲੈ ਕੇ ਵੀ ਹੈ, ਐਡਵਰਟੀਜ਼ਮੈਂਟ ਨੂੰ ਲੈ ਕੇ ਵੀ ਹੈ, ਵਿਦੇਸ਼ ਦੇ ਵਿੱਚ ਕੀ ਹਾਲ ਨੇ ਬੱਚਿਆਂ ਦੇ ਉਸ ਚੀਜ਼ ਨੂੰ ਲੈ ਕੇ ਵੀ ਹੈ। ਸੋ ਸਾਰੇ ਕੁਐਸਚਨਸ ਅੱਜ ਦੇ ਇਸ 25-26 ਮਿੰਟ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ। ਸੰਤੂ ਸਾਹਿਬ, ਸਰੋਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਬਹੁਤ ਵੱਡੀ ਡਿਮਾਂਡ ਹੈ ਕੈਨੇਡਾ ਦੀ ਕਿ ਸਾਨੂੰ ਬੱਚਾ ਚਾਹੀਦਾ। ਬਿਲਕੁਲ, ਜਿੰਨੀ ਡਿਮਾਂਡ ਉਸ ਤੋਂ ਜ਼ਿਆਦਾ ਸਪਲਾਈ ਹੈ ਸਾਡੀ ਪੰਜਾਬ ਦੇ ਵਿੱਚ। ਇਹ ਇੰਡੀਕੇਸ਼ਨ ਕੀ ਨੇ, ਆਉਣ ਵਾਲਾ ਸਮਾਂ ਜਿਹੜਾ ਹੈਗਾ ਕਿਵੇਂ ਦਾ ਰਹੇਗਾ ਜਿੰਨਾ ਬੱਚਾ ਕੈਨੇਡਾ ਦੇ ਵਿੱਚ ਜਾ ਰਿਹਾ? ਦੇਖੋ, ਇਸ ਵਕਤ ਤਾਂ ਕੋਈ ਪ੍ਰੋਬਲਮ ਨਹੀਂ ਹੈ, ਸਾਰਾ ਕੁਝ ਠੀਕ ਹੀ ਚੱਲਦਾ ਪਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੈਨੇਡਾ ਨੇ ਬਹੁਤ ਸਾਰੇ ਲੈਣੇ ਨੇ, ਉਹਦੇ 'ਚ ਆਪਾਂ ਵੀਡੀਓ ਵੀ ਦਿਖਾਵਾਂਗੇ। ਜ਼ਿਆਦਾ ਇਮੀਗ੍ਰੈਂਟਸ ਦੀ ਜ਼ਰੂਰਤ ਹੈ, ਸਟੂਡੈਂਟ ਵੀਜ਼ਾ ਨੂੰ ਪ੍ਰੈਫਰ ਕਰਕੇ PR ਦੇ ਬਜਾਏ ਸਟੂਡੈਂਟ ਵੀਜ਼ਾ ਦੇ ਥਰੂ ਇਮੀਗ੍ਰੈਂਟਸ ਨੂੰ ਲੈ ਕੇ ਜਾ ਰਹੇ ਹੈ ਕੈਨੇਡਾ ਗੌਰਮੈਂਟ ਵਾਲੇ। ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਖਾਸ ਤੌਰ 'ਤੇ ਇੰਡੀਆ ਤੋਂ ਔਰ ਬਾਕੀ ਕੰਟਰੀਜ਼ ਤੋਂ ਵੀ ਸਪਲਾਈ ਦੀ ਵੀ ਕੋਈ ਕਮੀ ਨਹੀਂ ਹੈ। ਖਾਸ ਤੌਰ 'ਤੇ ਇੰਡੀਆ ਔਰ ਖਾਸ ਤੌਰ 'ਤੇ ਪੰਜਾਬ ਬਹੁਤ ਸਪਲਾਈ ਹੈਗੀ ਹੈ, ਬੱਚੇ ਬਹੁਤ ਜ਼ਿਆਦਾ ਜਾ ਰਹੇ ਨੇ। ਔਰ ਐਕਚੁਅਲੀ ਉਹਦੇ 'ਚ ਦੇਖੋ, ਕੈਨੇਡਾ ਦਾ ਜਿਹੜਾ ਹੈ ਏਰੀਆ, ਜਿਹੜਾ ਹੈ ਟੋਟਲ ਜਿਹੜਾ ਏਰੀਆ ਹੈ ਲੈਂਡ ਦਾ, ਉਹ ਤਕਰੀਬਨ ਕੋਈ 4 ਟਾਈਮਸ ਦੇ ਕਰੀਬ ਹੈਗਾ ਇੰਡੀਆ ਤੋਂ, ਔਰ 1/30 ਹਿੱਸਾ ਦੇ ਕਰੀਬ ਉਹਦੀ ਆਬਾਦੀ ਹੈਗੀ ਹੈ। ਔਰ ਨੈਗੇਟਿਵ ਬਰਥ ਰੇਟ ਹੈਗਾ, ਪੁਆਇੰਟ ਟੂ ਬੀ ਨੋਟਡ ਜਿਹੜਾ ਹੈਗਾ। ਜਿੱਥੇ ਇੰਡੀਆ ਦੀ ਆਬਾਦੀ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧਦੀ ਪਈ ਆ, ਉੱਥੇ ਘੱਟਦੀ ਹੈਗੀ ਹੈ, ਬਰਥ ਰੇਟ ਨੈਗੇਟਿਵ ਹੈਗਾ। ਅਤੇ ਉਸ ਦੇ ਕਰਕੇ ਉਹਨਾਂ ਨੂੰ ਲੋੜ ਪੈਂਦੀ ਹੈ, ਟੈਕਸ ਦੀ ਜ਼ਰੂਰਤ ਪੈਂਦੀ ਹੈ, ਔਰ ਇਕੋਨਮੀ ਨੂੰ ਚੱਲਦੇ ਰਹਿਣ ਵਾਸਤੇ ਇਮੀਗ੍ਰੈਂਟਸ ਦੀ ਜ਼ਰੂਰਤ ਪੈਂਦੀ ਹੈ। ਔਰ ਇੰਨੇ ਜ਼ਿਆਦਾ ਏਰੀਆ ਹੋਣ ਕਰਕੇ ਉਹਦੇ ਵਿੱਚੋਂ ਵੀ ਅੱਧਾ ਏਰੀਆ ਮੁਸ਼ਕਿਲ ਨਾਲ ਡਿਵੈਲਪਡ ਹੈਗਾ, ਬਾਕੀ ਖਾਲੀ ਪਿਆ ਹੈਗਾ। ਜਿੰਨਾ ਮਰਜ਼ੀ ਡਿਵੈਲਪ ਕਰ ਸਕਦੇ ਹੈਗੇ ਆ, ਕੋਈ ਪ੍ਰੋਬਲਮ ਨਹੀਂ ਹੈ। ਇਸ ਤਰ੍ਹਾਂ ਹੀ ਹਾਲੇ ਜਿਹੜੀ ਇਸ ਵਕਤ ਸਵਾਲ ਇਹ ਖੜਾ ਹੋ ਜਾਂਦਾ ਕਿ ਅਸੀਂ ਜਿਸ ਜਿਸ ਮਕਸਦ ਲਈ ਜਾ ਰਹੇ ਹਾਂ ਕਿ ਅਸੀਂ ਪੜ੍ਹ ਕੇ ਕਾਮਯਾਬ ਹੋਈਏ, ਬਿਲਕੁਲ ਕੀ ਸਾਰੇ ਬੱਚੇ ਕਾਮਯਾਬ ਹੋ ਜਾਣਗੇ? ਗਲਤੀਆਂ ਵੀ ਕਰ ਰਿਹਾ ਬੱਚਾ ਕੁਛ? ਦੇਖੋ, ਉਹ ਤਾਂ ਨੈਚੁਰਲ ਹੈਗਾ ਕਿ ਮੈਂ ਜਿਹੜੀ ਗੱਲ ਕਰਦਾ ਹੁੰਦਾ ਵੀ ਇਹ 1/3 ਤਾਂ ਜਿਹੜੇ ਟੌਪ ਕਰੀਮ ਜਿਹੜੀ ਹੈਗੀ ਆ, ਉਹ ਮੈਂ ਸਮਝਦਾ ਹਰ ਫੀਲਡ ਦੇ ਵਿੱਚ ਇੱਦਾਂ ਹੀ ਚੱਲਦਾ ਹੈਗਾ, ਕੁਦਰਤ ਦੀ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। 1/3 ਜਿਹੜਾ ਟੌਪਰ ਹੈਗੇ ਨੇ, ਉੱਥੇ ਵੀ ਅਸੀਂ ਦੇਖਿਆ ਕਿ ਵੀ ਉਹ ਨਾ ਹੀ ਉਹ ਕਮਾਈਆਂ ਦੇ ਵਿੱਚ ਕੋਈ ਕਮੀ ਆਉਣ ਦਿੰਦੇ ਹੈ, ਨਾ ਹੀ ਪੜ੍ਹਾਈ ਦੇ ਵਿੱਚ ਕਮੀ ਆਉਣ ਦਿੰਦੇ ਹੈ, ਔਰ ਹਰ ਤਰੀਕੇ ਨਾਲ ਲਾਈਫ ਨੂੰ ਪ੍ਰੋਪਰ ਬੈਲੈਂਸ, ਐਕਚੁਅਲੀ ਜਿਹਨੂੰ ਵਰਡ ਕਹਿ ਦਿੰਦੇ ਆਪਾਂ, ਬੈਲੈਂਸ ਜਿਹੜਾ ਵਰਡ ਹੈ, ਹਰ ਚੀਜ਼ ਦਾ ਬੈਲੈਂਸ ਰੱਖਣਾ। ਕਿ ਅਗਰ ਸਟੱਡੀ ਜ਼ਿਆਦਾ ਔਖੀ ਹੈ, ਕੰਮ ਘੱਟ ਕਰ ਲਈਏ, ਅਗਰ ਸੌਖੀ ਹੈ ਚਲੋ ਕੰਮ ਠੀਕ ਠੀਕ ਕਰ ਲਈਏ, ਕੰਮ ਨੂੰ ਪ੍ਰੈਫਰੈਂਸ ਨਾ ਦੇ ਕੇ। ਅੱਗੇ ਵੀ ਗੱਲ ਹੁੰਦੀ ਹੈ, ਜਿਹੜੇ ਬੱਚੇ ਇਸ ਗੱਲ ਨੂੰ ਸਮਝ ਜਾਂਦੇ ਹੈ ਕਿ ਸਿਰਫ 2 ਸਾਲ ਦਾ ਕੋਰਸ, 4-4 ਮਹੀਨੇ ਦੇ, 4 ਸਮੈਸਟਰ ਵਿੱਚ ਮੁੱਕ ਜਾਂਦਾ, 16 ਮਹੀਨੇ ਉਹਦੇ ਵਿੱਚ ਵੀ, ਜਿਹੜਾ 10-10 ਦਿਨ ਦੀ ਛੁੱਟੀਆਂ ਸਮੈਸਟਰ ਦੇ ਵਿੱਚ, 15 ਮਹੀਨੇ ਦੀ ਸੀਰੀਅਸ ਪ੍ਰੋਪਰ ਸਟੱਡੀ, ਔਰ ਉਹ ਵੀ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਬਿਜ਼ੀ ਤਾਂ ਉਹ ਰੱਖਦੇ ਨੇ, ਲੇਕਿਨ ਈਜ਼ੀ ਟੂ ਹੈਂਡਲ। ਇਸ ਕਰਕੇ ਹੈਗੀ, ਇਹ ਨਹੀਂ ਕਿ ਸਾਲ ਬਾਅਦ ਇਕੱਠੇ ਪੇਪਰ ਹੋ ਜਾਣੇ ਹੈ, ਨਾਲ ਦੀ ਨਾਲ ਹੀ ਸਾਰੇ ਕੁਇਜ਼ ਔਰ ਅਸਾਈਨਮੈਂਟਸ ਔਰ ਟੈਸਟ ਨਾਲ ਹੁੰਦੇ ਨੇ ਹਰ ਹਫ਼ਤੇ ਦੇ ਵਿੱਚ ਹੀ। ਉਹਨਾਂ ਨੇ ਜਿਹੜੇ ਜਿੰਨੇ ਹਰ ਟੈਸਟ, ਹਰ ਕੁਇਜ਼, ਜਿਹੜਾ ਕੁਸ਼ਚਨ ਪੇਪਰ ਹੈਗਾ ਔਰ ਅਸਾਈਨਮੈਂਟਸ, ਉਹ ਫਾਈਨਲ ਦੇ ਵਿੱਚ ਨੰਬਰ ਜੁੜਦੇ ਨੇ। ਸੋ ਜਿਵੇਂ ਜਿਵੇਂ ਜਿਹੜਾ ਜਿਹੜਾ ਪੋਰਸ਼ਨ ਉਹਨਾਂ ਨੇ ਕਰਾ ਦਿੱਤਾ, ਉਸ ਦਾ ਨਾਲ ਹੀ ਟੈਸਟ ਲੈ ਕੇ ਨਾਲ ਹੀ ਉਹਨੇ ਖਤਮ ਹੋ ਜਾਣਾ। ਜਿਹੜੇ ਬੱਚੇ ਕਾਮਯਾਬ ਐਜੂਕੇਸ਼ਨ 'ਚ ਨਹੀਂ ਹੋ ਰਹੇ, ਵਾਰ ਵਾਰ ਫੇਲ ਹੋ ਗਏ, ਡੈਫਰਡ ਲਈ ਜਾ ਰਹੇ, ਉਹ ਬਹੁਤ ਜ਼ਿਆਦਾ ਇਸ ਵਕਤ ਜਿਹੜਾ ਹੈ, ਪਹਿਲਾਂ ਚੱਲ ਜਾਂਦਾ ਸੀ ਸੰਧੂ ਸਾਹਿਬ ਕਿਸੇ ਟਾਈਮ, ਨੈਚੁਰਲੀ ਕੈਨੇਡੀਅਨ ਗੌਰਮੈਂਟ ਦਾ ਥੋੜ੍ਹਾ ਜਿਹਾ ਸਿਸਟਮ, ਮੈਨੇਜਮੈਂਟ ਸਿਸਟਮ ਥੋੜ੍ਹਾ ਜਿਹਾ ਕਮਜ਼ੋਰ ਸੀ, ਕਿਉਂਕਿ ਇੰਨੇ ਬੱਚਿਆਂ ਨੇ ਜਾਣਾ, ਇੰਨਾ ਕੁਛ ਹੈਂਡਲ ਕਰਨਾ ਔਖਾ ਸੀਗਾ। ਹੁਣ ਹੌਲੀ ਹੌਲੀ ਜਿਹਨੂੰ ਕਹਿੰਦੇ ਨੱਥ ਪਾ ਰਹੇ ਨੇ ਉਹ ਸਟੂਡੈਂਟਸ ਦਾ। ਅਸੀਂ ਬੜੇ ਚਿਰ ਤੋਂ 2000
2003 ਤੋਂ ਕੰਪਨੀ ਹੈ, ਕੈਨੇਡਾ ਦੇ ਵਿੱਚ ਆਫਿਸਿਸ ਨੇ, ਅਸੀਂ ਬੜੀ ਬੜਾ ਕੁਝ ਦੇਖਿਆ ਕਿ 2 ਸਾਲ ਦਾ ਲੈ ਕੇ ਗਏ ਬੱਚੇ ਸਟੂਡੈਂਟ ਪਰਮਿਟ, ਔਰ ਨੈਚੁਰਲੀ ਐਮਬੈਸੀ ਚਾਹੁੰਦੀ ਹੈ ਕਿ 2 ਸਾਲ ਦੇ ਸਟੱਡੀ ਪਰਮਿਟ ਹੈ ਅਤੇ 2 ਸਾਲ ਦੀ ਤੁਸੀਂ ਪੜ੍ਹਾਈ ਸੀਰੀਅਸ ਸਟੂਡੈਂਟਸ ਨੂੰ ਭੇਜਦੀ ਪਈ ਹੈ, 2 ਸਾਲ ਦੇ ਵਿੱਚ ਪੜ੍ਹਾਈ ਮੁਕਾ ਲਈ ਜਾਵੇ, ਅਤੇ 2 ਸਾਲ ਦੇ ਵਿੱਚ ਕੁਛ ਵੀ ਨਹੀਂ ਪੜ੍ਹਨਾ, ਟੋਟਲੀ ਬਲੈਂਕ, ਔਰ 2 ਸਾਲ ਬਾਅਦ ਫਿਰ ਕਹਿ ਦੇਣਾ ਕਿ ਜੀ ਮੈਂ ਨਵੇਂ ਕਾਲਜ ਤੋਂ, ਹੁਣ ਮੇਰਾ ਸਟੱਡੀ ਪਰਮਿਟ ਖਤਮ ਹੋ ਗਿਆ, ਨਵੇਂ ਕਾਲਜ ਤੋਂ ਆਫਰ ਲੈਟਰ ਲੈ ਕੇ ਫਿਰ ਦੁਬਾਰਾ ਐਕਸਟੈਂਸ਼ਨ ਵਾਸਤੇ ਕਰ ਦੇਣਾ। ਔਰ ਐਮਬੈਸੀ ਦੀ ਚੰਗਿਆਈ ਕਿ ਵੀ ਠੀਕ ਹੈ, ਬੱਚਾ ਇੰਨੀ ਦੂਰੋਂ ਇੰਡੀਆ ਤੋਂ ਆਇਆ ਹੈਗਾ ਔਰ ਚਲੋ ਨਹੀਂ ਪੜ੍ਹਿਆ ਜਿਸ ਦੇ ਵੀ ਕਾਰਨ ਕਰਕੇ, ਹੁਣ ਪੜ੍ਹਨਾ ਚਾਹੁੰਦਾ, ਹੁਣ ਵੀ ਮੌਕਾ ਦੇ ਦਈਏ 2 ਸਾਲ ਦਾ ਫਿਰ ਦਾ ਸਟੱਡੀ ਪਰਮਿਟ। ਅਸੀਂ ਆਪ ਹੈਰਾਨ ਹੁੰਦੇ ਸੀ ਵੀ ਪਿਛਲੇ 2 ਸਾਲ 'ਚ ਨਹੀਂ ਪੜ੍ਹਿਆ ਫਿਰ ਕਿਵੇਂ ਐਕਸਟੈਂਸ਼ਨ ਹੋ ਜਾਏਗਾ, ਔਰ ਬੱਚੇ ਆਪ ਵੀ ਕਹਿੰਦੇ ਸੀ, ਕਹਿੰਦੇ ਜੀ ਹੁਣ ਹੋਜੂਗਾ ਪੱਕਾ, ਤੁਹਾਡਾ ਲੱਗਦਾ ਕਿ ਹੋਜੂਗਾ, ਕਰ ਦਿੰਦੇ ਸੀ ਐਮਬੈਸੀ ਦੀ ਲੀਨੀਅੰਟ ਜਿਹੜਾ ਸੁਭਾਅ ਸੀਗਾ ਕਰ ਦਿੰਦੇ ਸੀ, ਔਰ 2 ਸਾਲ ਬਾਅਦ ਫਿਰ ਨਹੀਂ ਪੜ੍ਹਿਆ ਫਿਰ ਦੁਬਾਰਾ ਐਕਸਟੈਂਸ਼ਨ, ਮਤਲਬ 6-6 ਸਾਲ ਦੇ ਵਿੱਚ ਮੁਸ਼ਕਿਲ ਨਾਲ ਕੋਰਸ ਪੂਰਾ ਕਰਨਾ, ਉਹ ਵੀ ਨਾ ਕਰਨਾ, ਕਿ ਅੱਧਾ ਛੱਡ ਕੇ ਕਈ ਵਾਰ ਆ ਜਾਂਦੇ। ਜਿਹੜੇ ਨੋਨ ਸੀਰੀਅਸ ਸਟੂਡੈਂਟ ਉਹਨਾਂ ਦੀ ਗੱਲ ਕਰਦੇ, ਜਿਹੜੇ ਸੀਰੀਅਸ ਨੇ ਉਹਨਾਂ ਨੇ ਤਾਂ ਪ੍ਰੋਪਰਲੀ ਸਟੱਡੀ ਹਮੇਸ਼ਾ ਕੀਤੀ ਹੈ, ਕੋਈ ਐਸੀ ਗੱਲ ਨਹੀਂ। ਸੋ ਹੁਣ ਜਿਹੜਾ ਹੈ ਰੂਲ ਜਿਹੜੇ ਬਦਲ ਕੇ ਐਮਬੈਸੀ ਦੀ ਵੈਬਸਾਈਟ 'ਤੇ ਵੀ ਆ ਗਿਆ ਹੈਗਾ, 2 ਸਾਲ ਦਾ ਕੋਰਸ ਉਹਨਾਂ ਨੇ ਸਾਫ਼ ਲਿਖਿਆ, 2 ਸਾਲ ਦਾ ਕੋਰਸ ਹੈ ਉਹਨੂੰ ਸੀਰੀਅਸਲੀ ਕਰਨਾ ਜ਼ਰੂਰੀ ਹੈਗਾ, ਅਦਰਵਾਈਜ਼ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ। ਦੇਖੋ ਹੋ ਸਕਦਾ ਹੁਣ ਰੀਸੈਂਟਲੀ ਆਇਆ, 2-3-4 ਮਹੀਨੇ ਪਹਿਲਾਂ ਆਇਆ ਇਹ ਰੂਲ, ਹੋ ਸਕਦਾ ਸਟੱਡੀ ਪਰਮਿਟ ਐਕਸਟੈਂਸ਼ਨ ਕਰ ਦਿਓ ਐਮਬੈਸੀ ਕਿ ਚਲੋ ਪੜ੍ਹਾਈ ਤੁਸੀਂ ਕਰਨ ਆਏ ਹੋ ਅਤੇ ਪੜ੍ਹਾਈ ਤੁਸੀਂ ਪੂਰੀ ਕਰ ਲਵੋ, ਲੇਕਿਨ ਇਹ ਬੜਾ ਵੱਡਾ ਸੈਟਬੈਕ ਹੋਏਗਾ ਉਦੋਂ ਜਦੋਂ ਆਪਾਂ ਨੂੰ 2 ਸਾਲ ਪੂਰੇ ਹੋਣਗੇ। ਅੱਜ ਜਿਹੜਾ ਹੈਗਾ ਜਦੋਂ ਇਹ ਨਵਾਂ ਰੂਲ ਆਇਆ, 2 ਸਾਲ ਜਿਹੜੀ ਪੜ੍ਹਾਈ ਬੱਚੇ ਪੂਰੀ ਕਰਨਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਨਾਂ ਨੂੰ ਨਹੀਂ ਦੇਣਾ, ਕੁਛ ਬੱਚਿਆਂ ਦਾ ਨੋਟਿਸ ਵਿੱਚ ਵੀ ਆਇਆ ਕਿ ਉਹਨਾਂ ਨੂੰ ਨਹੀਂ ਦਿੱਤਾ ਗਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੋਨ ਸੀਰੀਅਸ ਬੱਚਿਆਂ ਨੂੰ। ਸੋ ਇਹ PR ਨੈਚੁਰਲ ਹੈ, ਜਦੋਂ ਵਰਕ ਪਰਮਿਟ ਨਹੀਂ ਮਿਲਣਾ ਪੜ੍ਹਾਈ ਤੋਂ ਬਾਅਦ ਫਿਰ PR ਨਹੀਂ ਹੋਣੀ, ਸੀਰੀਅਸ ਮੈਟਰ ਹੈਗਾ, ਬੱਚਿਆਂ ਨੂੰ ਹੁਣ ਸੀਰੀਅਸਲੀ ਪੜ੍ਹਨਾ ਪੈਣਾ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਸੈਮੀਨਾਰ ਕੀਤੇ ਹੁਣ ਪਿੱਛੇ ਜੇ, ਬੱਚਿਆਂ ਨੇ ਇਸ ਵਕਤ ਕੈਨੇਡਾ ਨੂੰ ਲੈ ਕੇ ਕੁਐਸਚਨਸ ਕੀਆਂ, ਜਾਂ ਅੱਜ ਵੀ ਉਹ ਜਾਣ ਦੇ ਚੱਕਰ ਦੇ ਵਿੱਚ ਹੀ ਹੈ ਕਿ ਮੇਰਾ ਵੀਜ਼ਾ ਲੱਗੇ ਸਿਰਫ, ਹੈ ਨਾ? ਕੁਛ ਗੰਭੀਰਤਾ IAS ਸਟੂਡੈਂਟਸ ਦੇ ਵਿੱਚ ਕੁਝ ਗੰਭੀਰ ਕੁਐਸਚਨਸ ਉਠਾਉਂਦੇ ਆ ਮੁੱਦੇ? ਬਿਲਕੁਲ ਉਸ ਤਰ੍ਹਾਂ ਹੀ ਸੰਧੂ ਸਾਹਿਬ ਚੱਲਦਾ ਪਿਆ ਹੈਗਾ, ਬੜੇ ਸਾਰੇ ਉਹੀ ਹੈ ਕਿ ਮੈਨੂੰ ਲੱਗਦਾ 1/3 ਸਟੂਡੈਂਟਸ ਨੇ ਜਿਹੜੇ ਕਿ ਬਿਲੀਵ ਮੀ ਬਹੁਤ ਹੀ ਸੀਰੀਅਸ, ਔਰ ਟਾਪ ਕਾਲਜਿਸ ਯੂਨੀਵਰਸਿਟੀਜ਼ ਔਰ 80-90, ਔਰ ਸੁਣਨ ਨੇ ਚਾਹਿਆ ਸੀਗਾ ਕਿ ਦਿੱਲੀ ਸਾਈਡ ਤੋਂ ਬੱਚਾ ਸੀ, 99.9% ਮਾਰਕਸ ਸੀਗੇ, ਉਹਨਾਂ ਨੇ ਕਿਹਾ ਸਾਈਕੋਲੋਜੀ ਦੀ ਡਿਗਰੀ ਕਰਨ ਜਾਣਾ, ਮੈਂ ਕੈਨੇਡਾ ਦੇ ਵਿੱਚ ਪੜ੍ਹਨ ਜਾਣਾ ਹੈ। ਸੋ ਉਹ ਇਹੋ ਜਿਹੇ ਬੱਚੇ ਵੀ ਹੈਗੇ ਨੇ, ਉਹ ਡੈਫੀਨੇਟਲੀ ਬਾਹਰ ਜਾਣ ਦਾ ਰੁਝਾਨ ਤਾਂ ਬਹੁਤ ਜ਼ਿਆਦਾ ਵੱਧ ਹੀ ਗਿਆ, ਲੇਕਿਨ ਬੜੇ ਇੰਟੈਲੀਜੈਂਟ 95-97-98% ਮਾਰਕਸ ਵਾਲੇ ਬੱਚੇ ਵੀ ਜਾ ਰਹੇ ਨੇ, ਔਰ ਸਾਰਿਆਂ ਨੂੰ ਪਤਾ ਹੈ ਕਿ ਜੋਬ ਨੂੰ ਲੈ ਕੇ, ਆਪਣੀ ਸਿਕਿਉਰਿਟੀ ਨੂੰ ਲੈ ਕੇ ਔਰ ਆਪਣੇ ਫਿਊਚਰ ਨੂੰ ਲੈ ਕੇ ਬੱਚੇ ਸਿਆਣੇ ਹੈਗੇ ਨੇ, ਸਮਝਦੇ ਨੇ ਸਾਰੀਆਂ ਗੱਲਾਂ ਨੂੰ ਔਰ ਜਾ ਰਹੇ ਨੇ। ਔਰ ਕੈਨੇਡਾ ਜਿਹੜਾ ਹੈਗਾ ਵੈਲਕਮਿੰਗ ਹੈਗਾ, PR ਵੀ ਦਿੰਦਾ ਹੈਗਾ, ਕੋਈ ਦਿੱਕਤ ਨਹੀਂ ਹੈਗੀ, ਲੇਕਿਨ ਨੋਨ ਸੀਰੀਅਸ ਬੱਚਿਆਂ ਨੂੰ ਜਿਹੜੀ ਹੈ ਦਿੱਕਤ ਹੋਣ ਦੀ ਸੰਭਾਵਨਾ ਤਾਂ ਨੈਚੁਰਲ ਹੈ, PR ਨਹੀਂ ਹੋਏਗੀ, ਵਾਪਸ ਆਉਣਾ ਪਏਗਾ, ਦਿੱਕਤ ਹੋਏਗੀ ਜੀ। ਡਾਕਟਰ ਸਾਹਿਬ, ਜਿਵੇਂ ਹੁਣ ਸੈਮੀਨਾਰ ਖਤਮ ਹੋਏ, ਉਸ ਤੋਂ ਬਾਅਦ ਤੁਸੀਂ ਫਿਰ ਇੱਕ ਲੜੀ ਜਿਹੜੀ ਹੈਗੀ ਤੋਰਨ ਜਾ ਰਹੇ ਹੋ, ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਮੇਰੇ ਖਿਆਲ 6 ਜੂਨ ਤੋਂ ਸ਼ੁਰੂ ਕਰ ਰਹੇ ਹੋ ਤੁਸੀਂ, ਹੈ ਨਾ, ਵੱਖ ਵੱਖ ਸ਼ਹਿਰਾਂ ਦੇ ਵਿੱਚ, ਬੁੱਧਵਾਰ ਨੂੰ ਚੰਡੀਗੜ੍ਹ ਹੈਗਾ 6 ਜੂਨ ਨੂੰ ਜੀ, 7 ਨੂੰ, ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਤੁਹਾਡਾ ਮੇਰੇ ਖਿਆਲ ਮੋਹਾਲੀ ਆਫਿਸ ਦੇ ਵਿੱਚ ਹੈਗਾ, ਫਿਰ 8 ਨੂੰ ਜਲੰਧਰ ਹੈਗਾ, ਉਸ ਤੋਂ ਬਾਅਦ 9 ਨੂੰ ਅੰਮ੍ਰਿਤਸਰ ਸਾਹਿਬ ਹੈ, ਵਿੱਚ ਨੂੰ ਥੋੜ੍ਹਾ ਜਿਹਾ ਦਿਨ ਗੈਪ ਹੈਗਾ, 13 ਨੂੰ ਫਿਰ ਚੰਡੀਗੜ੍ਹ ਸ਼ੁਰੂ ਕਰਨ ਜਾ ਰਹੇ ਹੋ, 14 ਨੂੰ ਮੋਗਾ, 15 ਨੂੰ ਫਿਰੋਜ਼ਪੁਰ, 16 ਨੂੰ ਲੁਧਿਆਣਾ। ਇਹਨਾਂ ਦਾ ਮਕਸਦ ਕੀ ਹੈ, ਵੀ ਇੱਕ ਸੈਮੀਨਾਰ ਨੇ ਜਾਂ ਇਹਦੇ ਵਿੱਚ ਕੁਛ ਵੱਖਰੀ ਚੀਜ਼? ਸੈਮੀਨਾਰ ਹੀ ਹੋਣਗੇ ਜਿਸ ਦੇ ਵਿੱਚ ਮੇਰੇ ਨਾਲ ਹੀ ਟੀਮਾਂ ਹੋਣਗੀਆਂ, ਔਰ ਇਹ ਮੇਨਲੀ ਇਸ ਕਰਕੇ ਹੈਗੇ ਬੱਚਿਆਂ ਦੇ ਜਿਹੜੇ CBSE ਦੇ ਰਿਜ਼ਲਟ ਲੇਟ ਆਏ ਨੇ,
ਔਰ ਰੀਸੈਂਟਲੀ ਬੱਚਿਆਂ ਦੇ ਰਿਜ਼ਲਟ ਆਏ, ਬੱਚੇ ਆਈਲੈਟਸ ਦਾ ਇਗਜ਼ਾਮ ਵਗੈਰਾ ਦੇ ਰਹੇ ਨੇ, ਆਈਲੈਟਸ ਦੇ ਰਿਜ਼ਲਟ ਵੀ ਆ ਰਹੇ ਨੇ, ਔਰ ਨੈਚੁਰਲੀ ਬੱਚੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਕਿ ਕਿਹੜਾ ਕਾਲਜ ਕਿਹੜੀ ਜਗ੍ਹਾ ਉਹਨਾਂ ਵਾਸਤੇ ਸੂਟੇਬਲ ਹੈਗੀ ਹੈ। ਸੋ ਇਸੇ ਮਕਸਦ ਵਾਸਤੇ ਸੈਮੀਨਾਰ ਆਫਿਸਿਜ਼ ਵਿੱਚ ਹੀ ਹੋਣਗੇ, ਔਰ ਮੈਂ ਆਪ ਸਾਰਿਆਂ ਨੂੰ ਸਟੂਡੈਂਟ ਨੂੰ ਪੇਰੈਂਟਸ ਨੂੰ ਮਿਲੂੰਗਾ, ਔਰ ਜਿਸ ਤਰ੍ਹਾਂ ਓਵਰਆਲ ਸਿਕਸ ਨੋਟ ਲੈਸ ਦੈਨ ਬੜੇ ਸਾਰੀਆਂ ਗੱਲਾਂ ਨੇ, ਓਵਰਆਲ ਸਿਕਸ ਨੋਟ ਲੈਸ ਦੈਨ ਸਿਕਸ ਕਰ ਦਿੱਤੇ ਬੜੇ ਸਾਰੇ ਕਾਲਜਿਸ ਨੇ, ਅਤੇ ਔਰ ਓਵਰਆਲ ਸਿਕਸ ਨੋਟ ਲੈਸ ਦੈਨ 5.5 ਵਾਲਿਆਂ ਵਾਸਤੇ ਓਫਰ ਲੈਟਰ ਦੀ ਤਕਲੀਫ ਆ ਰਹੀ ਸੀਗੀ ਪਿਛਲੇ ਦਿਨਾਂ ਦੇ ਵਿੱਚ, ਅਤੇ ਬੜੇ ਸਾਰੇ ਕੰਸਲਟੈਂਟ ਨੇ ਪ੍ਰਾਈਵੇਟ ਕਾਲਜਿਸ ਵਿੱਚ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੁੰਦੇ, ਉਹ ਇਹੋ ਜਿਹੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਸਕਸੈਸ ਰੇਟ ਵੀ ਲੋ, ਔਰ ਪੋਸਟ ਅਗਰ ਮੰਨ ਲਓ 10 ਵਿੱਚੋਂ ਇੱਕ ਦਾ ਵੀਜ਼ਾ ਲੱਗ ਵੀ ਗਿਆ ਤਾਂ ਉਹਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ। ਸੋ ਇਹੋ ਜਿਹੇ ਬੜੇ ਸਾਰੇ ਬੱਚੇ ਰੀਸੈਂਟ ਸੈਮੀਨਾਰਸ ਵਿੱਚ ਵੀ ਮਿਲੇ, ਔਰ ਗਾਈਡੈਂਸ ਮੰਗਦੇ ਨੇ ਜੀ ਸਹੀ ਰਸਤਾ ਕੀ ਹੈ, ਫਿਰ ਉਹੀ ਜਿਹੜੀ ਕਨਫਿਊਜ਼ਨਸ ਕਿ DLI ਦੀ ਵਿੱਚ ਲਿਸਟ ਵਿੱਚ ਹੈਗਾ ਸੀ ਸਾਨੂੰ ਦੱਸ ਦਿੱਤਾ ਕਿ ਜੀ ਇਹਦਾ ਮਿਲੂਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ, ਪੱਕਾ ਨਹੀਂ ਹੈ ਲੇਕਿਨ ਮਿਲੇਗਾ, ਮਿਲਣ ਦੇ ਚਾਂਸ ਹੈਗੇ, ਇਸ ਤਰ੍ਹਾਂ ਕਨਫਿਊਜ਼ਿੰਗ ਜਿਹੜੇ ਸਟੇਟਮੈਂਟਸ ਦੇ ਕਰਕੇ ਜਿਹੜੀਆਂ ਕਿ ਐਕਚੁਅਲੀ ਸਹੀ ਨਹੀਂ ਹੈ। ਬਿਲਕੁਲ ਸਾਫ਼ ਸੁਥਰੀ ਗੱਲ ਹੈਗੀ ਹੈ, ਸਾਰਾ ਕੁਝ ਅੰਬੈਸੀ ਦੀ ਵੈਬਸਾਈਟ 'ਤੇ ਲਿਖਿਆ ਹੈ ਕਿ ਕਿਹੜੇ ਕਾਲਜ ਦੇ ਪੜ੍ਹਾਈ ਤੋਂ ਬਾਅਦ ਪੋਸਟ ਗ੍ਰੈਜੂਏਟ ਪਰਮਿਟ ਮਿਲੇਗਾ, ਕਿਹੜੇ ਨਹੀਂ ਮਿਲੇਗਾ। ਕੁਛ ਪ੍ਰਾਈਵੇਟ ਕਾਲਜ 1-2%, ਸੋਚੋ 1-2 ਪ੍ਰਾਈਵੇਟ ਕਾਲਜ ਪਹਿਲਾਂ ਨਹੀਂ, ਮੇਰੇ ਖਿਆਲ CIC.GC ਦੀ ਵੈਬਸਾਈਟ 'ਤੇ ਪਹਿਲਾਂ ਨਹੀਂ ਪਹਿਲਾਂ ਨਹੀਂ ਸੀਗਾ, ਤਕਰੀਬਨ ਕੋਈ 4 ਮਹੀਨੇ ਪਹਿਲਾਂ ਹੀ ਆਈ ਹੈਗੀ ਇਨਫੋਰਮੇਸ਼ਨ ਸਾਰੀ, ਔਰ ਉਹ ਵੀ ਖਾਸ ਤੌਰ 'ਤੇ ਕਿ ਕਿਹੜੇ ਸੋਚੋ 1-2 ਜਿਹੜੇ ਪ੍ਰਾਈਵੇਟ ਕਾਲਜਿਸ ਦੇ ਸਿਲੈਕਟਡ ਪ੍ਰੋਗਰਾਮ, ਸਾਰੇ ਪ੍ਰੋਗਰਾਮਸ ਵਾਸਤੇ ਨਹੀਂ, ਸਿਲੈਕਟਡ ਪ੍ਰੋਗਰਾਮਸ ਵਾਸਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਕਿਹੜੇ ਪ੍ਰੋਗਰਾਮ ਨੇ ਉਹ ਵੀ ਉੱਥੇ ਦਿੱਤਾ ਹੋਇਆ ਹੈਗਾ, ਸਾਰੀ ਇਨਫੋਰਮੇਸ਼ਨ ਸਾਫ਼ ਹੈਗੀ ਹੈ, ਸਿਰਫ ਸਾਨੂੰ ਸਮਝਣ ਦੀ ਦੇਖਣ ਦੀ ਜ਼ਰੂਰਤ ਹੈਗੀ ਹੈ। ਔਰ ਵਿਦ ਗੋਡਸ ਗ੍ਰੇਸ ICCRC ਮੈਂਬਰ ਹੋ ਕੇ ਸਾਰੇ ਡਿਗਰੀਆਂ ਨਾਲ ਲੈ ਕੇ, ਔਰ 2003 ਤੋਂ ਕੰਪਨੀ ਹੈਗੀ ਆ, ਔਰ ਓਨੈਸਟਲੀ ਸਿੰਸੀਅਰਲੀ ਤੁਹਾਡੇ ਵਾਸਤੇ ਇੰਨੀ ਸਰਵਿਸਿਜ, ਔਰ ਇਹ ਗੱਲ ਦੀ ਪੱਕੀ ਗੱਲ ਕਿ ਕਿਸੇ ਵੀ ਕੀਮਤ 'ਤੇ, ਕਦੇ ਕਦੇ ਕੋਈ ਸਾਹਮਣੇ ਬੈਠਾ ਹੁੰਦਾ ਅਤੇ ਬੜਾ ਇਹੋ ਜਿਹੇ ਵੀ ਨੇ ਜਿਹੜੇ ਮੈਂ ਐਤਕੀ ਵਾਰ ਸੈਮੀਨਾਰ 'ਚ ਮੈਨੂੰ ਯਾਦ ਆ ਰਿਹਾ ਕਿ ਇੱਕ ਕੋਈ ਫਾਦਰ ਮਿਲਿਆ ਬੱਚੇ ਦੇ ਨਾਲ, ਕਹਿੰਦੇ ਜੀ 2 ਸਾਲ ਪਹਿਲਾਂ ਤੁਸੀਂ ਇਹ ਗੱਲ ਕਹੀ ਸੀਗੀ ਔਰ ਤੁਸੀਂ ਜਿਹੜੀ ਜਿਹੜੀ ਗਾਈਡੈਂਸ ਮੈਨੂੰ ਦਿੱਤੀ ਸੀਗੀ ਉਸ ਨੂੰ ਪੂਰੀ ਕਰਕੇ 2 ਸਾਲ ਬਾਅਦ ਮੈਂ ਆ ਗਿਆ ਅਤੇ ਆਹ ਤੁਹਾਡੀ ਜਿਹੜੀ ਤੁਸੀਂ ਜਿੱਦਾਂ ਜਿੱਦਾਂ ਗਾਈਡੈਂਸ ਦਿੱਤੀ ਸੀ ਪੂਰੀ ਕਰਕੇ ਆਇਆ। ਸੋ ਬੜਾ ਉਹਨਾਂ ਨੂੰ ਸੀਰੀਅਸਲੀ ਉਹਨਾਂ ਨੂੰ ਹੱਥ ਜੋੜਨ ਨੂੰ ਦਿਲ ਕਰਦਾ ਕਿ ਵੀ ਇੰਨਾ ਜ਼ਿਆਦਾ ਮਾਨ, ਇੰਨੀ ਜਿੱਥੇ ਇੰਨੀਆਂ ਕੰਪਨੀਆਂ, ਇੰਨੇ ਸੈਮੀਨਾਰ, ਇੰਨੇ ਕਾਲਜਿਸ ਦੇ ਰਿਪ੍ਰਜੈਂਟੇਟਿਵਸ ਆਉਂਦੇ ਨੇ ਔਰ ਇੰਨਾ ਕੁਛ ਚੱਲਦਾ ਹੈਗਾ, ਉੱਥੇ ਇੰਨੀ ਜ਼ਿਆਦਾ ਫੇਥ ਕਿ ਉਹ ਜਿਸ ਤਰ੍ਹਾਂ ਕਹਿਤਾ ਉੱਦਾਂ ਦਾ ਉੱਦਾਂ ਹੀ ਕਰਨਾ ਹੈਗਾ, ਔਰ ਬੜੇ ਸਾਰੇ ਕਈ ਕਈ ਸਾਲਾਂ ਤੋਂ ਜੁੜੇ ਹੁੰਦੇ ਨੇ, ਔਰ ਇੱਕ ਨੇ ਇਹ ਵੀ ਕਿਹਾ ਐਤਕੀ ਵਾਰ ਸੈਮੀਨਾਰ 'ਤੇ, ਜਸਟ ਇੱਕ ਕੁਛ ਮਨ ਦੀਆਂ ਗੱਲਾਂ ਵੀ ਨੇ ਔਰ ਨੈਚੁਰਲੀ ਯਾਦ, ਜਿੱਦਾਂ ਸੰਤੂ ਸਾਹਿਬ ਤੁਸੀਂ ਗੱਲ ਉਠਾਈ ਹੈ ਅਤੇ ਲੋਕਾਂ ਦੀ ਗੱਲ ਵੀ ਹੁੰਦੀ ਹੈ, ਕਹਿੰਦਾ ਜੀ ਤੁਹਾਡੇ ਲੋਕ ਨੋਟ ਵੀ ਕਰਦੇ, ਮੈਂ ਧੰਨਵਾਦ ਵੀ ਕਰਦਾ, ਕਹਿੰਦਾ ਤੁਹਾਡੇ ਪੱਟੀ ਬੰਨੀ ਹੋਈ ਸੀ ਪਿਛਲੇ ਸਾਲ ਦੀ ਗੱਲ ਆ, ਥੋੜ੍ਹੀ ਮੇਰੀ ਤਕਲੀਫ ਆ ਗਈ ਸੀ, ਅਤੇ ਕਹਿੰਦੇ ਜੀ ਤੁਹਾਡਾ ਸ਼ੋ ਰਿਪੀਟ ਹੋਇਆ ਅਤੇ ਸਾਨੂੰ ਇਹ ਲੱਗਦਾ ਵੀ ਸਰ ਰਵੀ ਸਰ ਇੱਥੇ ਇੰਡੀਆ ਦੇ ਵਿੱਚ ਨਹੀਂ ਹੈਗੇ ਤਾਂ ਰਿਪੀਟ ਹੋਇਆ, ਕਿਉਂਕਿ ਜ਼ਿਆਦਾਤਰ ਰਿਪੀਟ ਕਰਦੇ ਵੀ ਨਹੀਂ ਤੁਸੀਂ, ਅਤੇ ਇਹਦਾ ਮਤਲਬ ਆਊਟ ਆਫ ਇੰਡੀਆ ਹੈਗੇ ਨੇ, ਅਤੇ ਦੈਨ ਵੀ ਫੀਲ ਕਿ ਬੜਾ ਲੋਨਲੀ, ਕਿ ਬੜਾ ਇਕੱਲਾਪਣ ਮਹਿਸੂਸ ਕਰਦੇ ਹਾਂ ਵੀ ਸਾਡੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਅਤੇ ਪਰਵਾਹ ਵਾਲਾ ਕੋਈ ਨਹੀਂ, ਯਾਰ ਬੜਾ ਘਬਰਾਹਟ ਮਹਿਸੂਸ ਕਰਦੇ ਹਾਂ। ਜੇ ਸੋ ਠੀਕ ਆ ਰਿਹਾ ਇਹਦਾ ਮਤਲਬ ਇੰਡੀਆ ਵਿੱਚ ਹੈਗੇ ਆ, ਇਹਦਾ ਮਤਲਬ ਸਾਰਾ ਕੁਝ ਸਹੀ ਆ, ਅਸੀਂ ਸੇਫ ਫੀਲ ਕਰਦੇ ਹਾਂ ਕਿ ਵੀ ਸਾਡੇ ਉੱਪਰ ਕੋਈ ਖਿਆਲ ਕਰਨ ਵਾਲਾ ਹੈਗਾ, ਅਤੇ ਉਹ ਇੰਨੇ ਇਹੋ ਜਿਹੇ ਵਰਡਸ ਨੂੰ ਲੈ ਕੇ ਫਿਰ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਿ 3 ਵਾਰੀ ਜਵਾਬ ਦੇਣ ਦੇ ਬਾਅਦ 4th ਵਾਰੀ ਫਿਰ ਪੁੱਛਦੇ ਇਹ ਗੱਲ ਸਹੀ ਹੈ, ਅਤੇ ਉਹ ਫਿਰ ਅਜੀਬ ਤਾਂ ਲੱਗਦਾ ਵੀ ਮੈਨੂੰ ਪੁੱਛਦੇ ਪਏ ਆ ਵੀ ਇਹ ਗੱਲ ਸਹੀ ਹੈ, ਦੇ ਆਰ ਐਕਚੁਅਲੀ ਕੁਸ਼ਚਨਿੰਗ ਮਾਈ ਰਿਲਾਇਬਿਲਿਟੀ,
ਕਿ ਬਈ ਮੇਰੀ ਮੇਰੇ ਸਹੀਪਨ ਨੂੰ ਜਿਹੜਾ ਹੈ ਕੁਸ਼ਚਨ ਕਰਦੇ ਪਏ ਆ। ਅਜੀਬ ਲੱਗਦਾ, ਥੋੜ੍ਹਾ ਜਿਹਾ ਬੁਰਾ ਵੀ ਲੱਗਦਾ, ਲੇਕਿਨ ਉਹ ਵੀ ਸੱਚੇ ਨੇ ਵੀ ਜਿੱਥੇ ਮਾਰਕੀਟ ਦੇ ਵਿੱਚ ਇੰਨਾ ਕੁਛ ਹੁੰਦਾ ਹੈਗਾ, ਅਸੀਂ ਆਪ ਦੇਖਦੇ ਹੈਗੇ। ਬਿਲਕੁਲ ਬਸੰਤੂ ਜੀ, ਇੱਕ ਵਾਰੀ ਖਾਸ ਗੱਲ, ਮੈਨੂੰ ਬੜਾ ਸਪੈਸੀਫਿਕ ਕੇਸ, ਤੁਸੀਂ ਹੈਰਾਨ ਹੋ ਜਾਓਗੇ, ਬੱਚੇ ਦੀ ਫੀ, ਬੱਚੇ ਦੀ ਆਫਰ ਲੈਟਰ ਜਾਲੀ ਬਣਾਤੀ ਕਿਸੇ ਕੰਸਲਟੈਂਟ ਨੇ, ਫੀਸ ਰਸੀਦ ਜਾਲੀ ਕਰ ਦਿੱਤੀ, ਔਰ ਮੈਂ ਹੈਰਾਨ ਹੈਗਾ ਕਿ ਅੰਬੈਸੀ ਵਿੱਚ ਕੇਸ ਲਾਤਾ। ਇਸ ਚੀਜ਼ ਨੂੰ ਪੋਜ਼ਿਟਿਵ ਨਹੀਂ ਲੈਣਾ, ਕਿਉਂਕਿ ਇਹਦੇ ਸਾਈਡ ਇਫੈਕਟ ਬੜੇ ਜ਼ਿਆਦਾ ਨੇ, ਗਲਤ ਕੰਮ ਗਲਤੀ ਹੁੰਦਾ, ਲੇਕਿਨ ਗਲਤੀ ਨਾਲ ਅੰਬੈਸੀ ਨੇ ਵੀਜ਼ਾ ਵੀ ਦਿੱਤਾ। ਤੁਸੀਂ ਦੇਖੋ ਗੱਲ ਕਿੱਥੇ ਜਾਂਦੀ ਆ। ਔਰ ਬੱਚੇ ਨੂੰ ਕੰਸਲਟੈਂਟ ਦੀਆਂ ਗੱਲਾਂ ਤੋਂ ਸ਼ੱਕ ਲੱਗਿਆ ਕਿ ਕੁਛ ਗੜਬੜ ਲੱਗਦੀ ਪਈ ਆ, ਉਸਨੇ ਕਾਲਜ ਨੂੰ ਈਮੇਲ ਪਾ ਦਿੱਤੀ ਕਿ ਜੀ ਇਹ ਸਹੀ ਹੈ ਸਾਰਾ ਕੁਛ, ਇਹ ਆਫਰ ਲੈਟਰ ਅਤੇ ਫੀਸ ਰਸੀਦ, ਪੈਸੇ ਕੰਸਲਟੈਂਟ ਨੇ ਆਪ ਲੈ ਲਈ। ਔਰ ਕਾਲਜ ਨੇ ਕਹਿ ਦਿੱਤਾ, ਕਾਲਜ ਨੇ ਜਵਾਬ ਨਹੀਂ ਦਿੱਤਾ, ਬਲਕਿ ਕਾਲਜ ਨੇ ਸਿੱਧਾ ਲੇਟ ਜਵਾਬ ਦਿੱਤਾ ਕਿ ਬਈ ਤੁਸੀਂ ਇਸ ਇਹ ਜਿਹੜੀ ਗਲਤ ਹੈਗੀਆਂ, ਤੁਸੀਂ ਫਲਾਈਟ ਲੈ ਕੇ ਆਇਆ ਜੀ ਨਾ। ਅੰਬੈਸੀ ਨੂੰ ਈਮੇਲ ਪਾ ਦਿੱਤੀ, ਬੱਚੇ ਨੇ ਉਹ ਈਮੇਲ ਦੇਖੀ ਨਹੀਂ, 2-4 ਦਿਨ ਪਹਿਲਾਂ ਹੀ ਆਈ ਸੀ ਫਲਾਈਟ ਤੋਂ ਪਹਿਲਾਂ, ਜਲਦਬਾਜ਼ੀ 'ਚ ਪੈਕਿੰਗ ਸ਼ੈਕਿੰਗ ਦੇ ਵਿੱਚ ਫਲਾਈਟ ਲੈ ਕੇ ਚਲੇ ਗਏ ਕੈਨੇਡਾ। ਕੈਨੇਡਾ ਜਾ ਕੇ ਅੰਬੈਸੀ ਨੇ ਕਹਿ ਦਿੱਤਾ ਵੀ ਆਹ ਦੇਖੋ ਕਾਲਜ ਨੇ ਸਾਨੂੰ ਦੱਸਿਆ ਕਿ ਇਹ ਸਾਰਾ ਤੁਹਾਡਾ ਗਲਤ ਹੈਗਾ, ਅਤੇ ਉਹਨੂੰ ਵਾਪਸ ਮੋੜ ਦਿੱਤਾ ਔਰ ਵੀਜ਼ਾ ਕੈਂਸਲ ਕਰਕੇ ਵਾਪਸ ਮੋੜ ਦਿੱਤਾ। ਸੋ ਇਹੋ ਜਿਹੀਆਂ ਬੜੀ ਸਾਰੀਆਂ ਗੱਲਾਂ ਹੁੰਦੀਆਂ, ਲੇਕਿਨ ਆਪਾਂ ਦੇਖੋ, ਮੈਂ ਜਿਹੜੀ ਆਪਣੀ ਜ਼ਿੰਦਗੀ ਤੋਂ ਜਿਹੜਾ ਲਿਆ ਹੈਗਾ ਤਜਰਬਾ ਹੈਗਾ, ਜਿਹੜੇ ਇਹੋ ਜਿਹੇ ਕੇਸਿਸ ਤੋਂ, ਕਿ ਕੰਸਲਟੈਂਟ ਜਾਂ ਸਟੂਡੈਂਟਸ ਕੋਈ ਵੀ ਜਾਅਲੀ ਡਾਕੂਮੈਂਟ, ਜਾਅਲੀ ਕੰਮ ਕਰਕੇ ਪਠੇਸ਼ ਦੇ ਤਰੀਕੇ ਨਾਲ ਕੁਛ ਵੀ ਕਰਨਾ ਚਾਹੁੰਦੇ ਆ, ਅਤੇ ਪਤਾ ਨਹੀਂ ਹੁੰਦਾ ਕਿੱਥੇ ਕਿਸ ਤਰ੍ਹਾਂ ਦੀ ਸ਼ਿਕੰਜਾ ਕੱਸਿਆ ਹੋਇਆ, ਔਰ ਕਿੱਥੇ ਜਾ ਕੇ ਕਿਸ ਤਰ੍ਹਾਂ ਦੀ ਤਕਲੀਫ ਆ ਜਾਣੀ ਹੈ। ਅਤੇ ਬਿਲਕੁਲ ਇਹੋ ਜਿਹੇ ਚੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ, ਧਿਆਨ ਰੱਖਣਾ ਚਾਹੀਦਾ। ਲੇਕਿਨ ਤੁਸੀਂ ਦੇਖੋ ਜਿੱਥੇ ਇਹੋ ਜਿਹਾ ਕੁਛ ਚੱਲਦਾ ਪਿਆ ਹੈਗਾ, ਇੱਕ ਟ੍ਰੇਲਰ ਸੀਗਾ ਮੇਰੇ ਕੋਲ, ਬੜੇ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਅਤੇ ਉਹ ਉਹਨਾਂ ਦਾ ਕੁਸ਼ਚਨ ਕਰਨਾ ਵੀ ਜਾਇਜ਼ ਆ, ਲੇਕਿਨ ਮੇਰਾ ਇਹ ਜਵਾਬ ਹੈਗਾ ਕਿ ਮੈਨੂੰ ਕਿਸੇ ਵੀ ਕੀਮਤ 'ਤੇ ਆਪਣੀ ਰਿਲਾਇਬਿਲਿਟੀ ਔਰ ਆਪਣੀ ਰੈਪੂਟੇਸ਼ਨ ਦੇ ਨੂੰ ਕੁਸ਼ਚਨ ਕਰਵਾਉਣਾ ਮਨਜ਼ੂਰ ਨਹੀਂ ਹੈ। ਇਹਦਾ ਮਤਲਬ ਕਿਸੇ ਵੀ ਕੀਮਤ 'ਤੇ ਆਪਣੀ ਰੈਪੂਟੇਸ਼ਨ ਨੂੰ ਕੰਪਰੋਮਾਈਜ਼ ਨਹੀਂ ਕਰ ਸਕਦੇ। ਤੁਹਾਡੇ ਵਾਸਤੇ ਓਨੈਸਟ, ਜੈਨੂਅਨ, ਸਿੰਸੀਅਰ, ਪ੍ਰੋਪਰ ਪਰਸਨਲ ਕੇਅਰ ਦਾ ਵਾਅਦਾ ਹੈ। ਕਲੈਰੀਕਲ ਮਿਸਟੇਕ 0.1%, 1,000 ਚੋਂ ਇੱਕ ਦੀ ਕਲੈਰੀਕਲ ਮਿਸਟੇਕ ਕਿਸੇ ਕੋਲ ਵੀ ਹੋ ਸਕਦੀ, ਵੱਖਰੀ ਗੱਲ ਹੈ, ਬਟ ਮੇਰੀ ਪਰਸਨਲ ਕੇਅਰ, ਔਰ ਇਸੇ ਵਾਸਤੇ ਜਿਹੜਾ ਤੁਸੀਂ ਕਹਿ ਰਹੇ ਸੀ ਸੈਮੀਨਾਰਸ ਦੇ ਉੱਪਰ, ਮੇਰਾ ਪਰਸਨਲ ਮੀਟਿੰਗ ਸਟੂਡੈਂਟਸ, ਪੇਰੈਂਟਸ ਨੂੰ ਆਪਣੀ ਕੋਈ ਰਿਫਿਊਜ਼ਲ ਦੇ ਕੇਸਿਸ ਨੇ, ਰਿਫਿਊਜ਼ਲ ਦੀ ਚਿੱਠੀ ਔਰ ਰਿਫਿਊਜ਼ਲ ਲੈਟਰ, ਆਪਣੀ ਆਫਰ ਲੈਟਰ, ਸਾਰੇ ਡਾਕੂਮੈਂਟਸ ਨਾਲ ਲੈ ਕੇ ਆਓ, ਔਰ ਪ੍ਰੋਪਰ ਕੰਪਲੀਟ ਡਿਸਕਸ਼ਨ, ਕਿਹੜਾ ਕਾਲਜ ਸਹੀ ਹੈਗਾ, ਕਿਹੜਾ ਨਹੀਂ ਹੈਗਾ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਸਕਸ਼ਨ ਵਾਸਤੇ। ਈਵਨ ਕਿ ਤੁਹਾਡਾ ਕੋਈ ਕੇਸ ਕਿਸੇ ਹੋਰ ਕੰਸਲਟੈਂਟ ਕੋਲ ਚੱਲਦਾ ਵੀ ਪਿਆ, ਯੂਅਰ ਮੋਸਟ ਵੈਲਕਮ। ਕੋਈ ਮੇਰੇ ਔਰ ਖਾਸ ਤੌਰ 'ਤੇ ਰੱਬ ਨੂੰ ਹਾਜ਼ਰ ਮੰਨ ਕੇ, ਬੜਾ ਇੱਕ ਇਨਸਾਨੀਅਤ ਦਾ ਸੁਭਾਵ ਜਿਹੜਾ ਚਾਹੀਦਾ ਹੈਗਾ, ਉਸ ਦੀ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਕਿਸੇ ਵੀ ਕਲਾਇੰਟ ਦੀ ਗਲਤੀ ਕਰਕੇ, ਕਈ ਵਾਰੀ ਰੀਸੈਂਟਲੀ ਇੱਕ ਆਇਆ ਕਿ ਅਸੀਂ ਵੀਜ਼ਾ ਲਗਵਾ ਦਿੱਤਾ ਔਰ ਬੱਚੇ ਨੇ ਉੱਥੇ ਜਾ ਕੇ ਜਗ੍ਹਾ ਚੇਂਜ ਕਰਨ ਦੇ ਚੱਕਰ ਦੇ ਵਿੱਚ ਕਾਲਜ ਬਦਲ ਲਿਆ, ਪ੍ਰਾਈਵੇਟ ਕਾਲਜ, ਉੱਥੇ ਕਿਸੇ ਕੰਸਲਟੈਂਟ ਨੇ ਕਹਿ ਦਿੱਤਾ ਪ੍ਰਾਈਵੇਟ ਕਾਲਜ ਲੈ ਲਿਆ। ਹੁਣ ਉਹ ਬਾਅਦ ਦੇ ਵਿੱਚ ਉਹਨੂੰ ਪਤਾ ਲੱਗਿਆ ਕਿ ਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਫਿਰ ਉਹ ਕਹਿੰਦੇ, ਫਿਰ ਮੈਨੂੰ ਹੁਣ ਐਤਕੀ ਵਾਰ ਮਿਲੇ ਅਤੇ ਉਹ ਕਹਿੰਦੇ ਜੀ ਅਸੀਂ ਡਰੇ ਹੋਏ ਸੀਗੇ ਵੀ ਰਵੀ ਸਰ ਔਰ ਉਹਨਾਂ ਦੀ ਟੀਮ ਔਖੇ ਸੌਖੇ ਹੋਣਗੇ, ਵੀ ਇਹੋ ਜਿਹੇ ਪੁੱਠੇ ਕੰਮ ਕਿਉਂ ਕੀਤੇ। ਮੈਂ ਕਿਹਾ ਦੇਖੋ ਜੀ, ਹੁਣ ਇਹ ਹੈ ਕਿ ਵੀ ਉਹੀ ਇਨਸਾਨੀਅਤ ਦੇ ਸੁਭਾਅ ਵਾਲੀ ਗੱਲ ਇਹ ਕਿ ਵੀ ਤੁਸੀਂ, ਤੁਹਾਡਾ ਸੀਗੀ ਗਲਤੀਆਂ ਦਾ ਸੀਗਾ ਚੱਕਰ ਤਾਂ ਤੁਸੀਂ ਕਰ ਲਿਆ, ਹੁਣ ਅਸੀਂ ਨਾਰਾਜ਼ ਹੋ ਕੇ ਜਾਂ ਕਿਸੇ ਵੀ ਗੱਲ ਨੂੰ
ਉੱਚਾ ਨੀਵਾਂ ਕਹਿ ਕੇ ਤਾਂ ਕੋਈ ਉਹਦਾ ਫਾਇਦਾ ਵੀ ਨਹੀਂ, ਔਰ ਫਰਗੈਟਡ ਜਿਹਨੂੰ ਕਹਿੰਦੇ ਅਸੀਂ ਕਹਿੰਦੇ ਮਿੱਟੀ ਪਾਓ ਗੱਲ ਖਤਮ ਕਰੀ ਜੀ ਜੀ ਅਤੇ ਲੇਕਿਨ ਹੁਣ ਅੱਗੇ ਦੀ ਗਾਈਡੈਂਸ ਇਹ ਕਿ ਉਹਨਾਂ ਦਾ ਵੱਡਾ ਬੜਾ ਨੁਕਸਾਨ ਹੋ ਗਿਆ ਚੰਗੇ ਭਲੇ ਕਾਲਜ ਨੂੰ ਛੱਡ ਕੇ, ਸਿਰਫ ਜਗ੍ਹਾ ਮੰਨ ਲਓ ਵੈਨਕੂਵਰ ਤੋਂ ਟੋਰਾਂਟੋ ਜਾਣਾ, ਟੋਰਾਂਟੋ ਤੋਂ ਵੈਨਕੂਵਰ ਜਾਣਾ, ਜਿਹਨਾਂ ਦੇ ਰਿਸ਼ਤੇਦਾਰ ਕੋਈ ਕਾਰਨ, ਐਟਲੀਸਟ ਸਾਨੂੰ ਸਾਡੀ ਨੌਲੇਜ 'ਚ ਹੋ ਕੇ ਹੁੰਦਾ, ਅਸੀਂ ਕੁਛ ਚੱਜ ਨਾਲ ਦੇਖਦੇ ਕਰਦੇ ਪ੍ਰੋਪਰ ਗਾਈਡੈਂਸ ਦਿੰਦੇ, ਲੇਕਿਨ ਗਲਤ ਗਾਈਡੈਂਸ ਵਾਲੇ ਬੰਦੇ ਉਹਨਾਂ ਨੇ ਗਲਤ ਕਰ ਦਿੱਤਾ, ਹੁਣ ਇੱਕ ਵਾਰੀ ਫਿਸਲ ਗਏ ਤਾਂ ਫਿਰ ਇੱਕ ਹੋਰ ਪੁਆਇੰਟ, ਇੱਕ ਨਿੱਕਾ ਜਿਹਾ ਮੇਰੀ ਜਿਹੜੀ ਸਲਾਹ, ਜਿਹੜੀ ਗੱਲਾਂ ਇਨਫੋਰਮੇਸ਼ਨ ਔਰ ਐਕਸਪੀਰੀਅੰਸ ਹੀ ਸ਼ੇਅਰ ਕਰਨ ਵਾਸਤੇ ਬੈਠੇ, ਤਾਂ ਕਰਕੇ ਮਨ ਦੇ ਵਿੱਚ ਗੱਲ ਆਉਂਦੀ ਹੈ। ਅਤੇ ਮੈਂ ਪੌੜੀ ਦੇ ਉੱਪਰ ਟੋਪ ਸਟੈਪ 'ਤੇ ਆਪਾਂ ਹੈਗੇ ਹਾਂ, ਅਤੇ ਜੇ ਆਪਣਾ ਪੈਰ ਫਿਸਲਿਆ ਉੱਪਰ ਦੀ ਟੋਪ ਦੀ ਪੌੜੀ ਤੋਂ, ਅਤੇ ਇਹ ਨਹੀਂ ਉਮੀਦ ਕਰਨੀ ਕਿ ਅਗਲੇ ਸਟੈਪ ਇੱਕੋ ਹੀ ਸਟੈਪ ਆਪਾਂ ਥੱਲੇ ਆਵਾਂਗੇ, ਇਹ ਨਹੀਂ ਪਤਾ ਕਿੱਥੇ ਜਾ ਕੇ ਡਿੱਗਾਂਗੇ, ਕਿੰਨੇ ਥੱਲੇ ਜਾਵਾਂਗੇ, ਔਰ ਕੀ ਆਪਣੇ ਨਾਲ ਕਿੰਨਾ ਕੁ ਨੁਕਸਾਨ ਹੋ ਜਾਏਗਾ, ਕਿੰਨੀ ਸੱਟਾਂ ਵੱਜਣਗੀਆਂ, ਇਹ ਫਿਰ ਬਾਅਦ 'ਚ ਪਤਾ ਲੱਗਦਾ। ਜਦੋਂ ਤੱਕ ਸਟੈਪ ਵਾਈਜ਼ ਜੈਨੂਅਨਲੀ ਸਹੀ ਤਰੀਕੇ ਨਾਲ ਆਪਾਂ ਚੱਲਦੇ ਪਏ, ਥੱਲੇ ਆ ਰਹੇ ਹਾਂ, ਅਤੇ ਥੱਲੇ ਸਹੀ ਸਲਾਮਤ ਪਹੁੰਚ ਜਾਵਾਂਗੇ। ਜੇ ਫਿਸਲੇ ਤਾਂ ਫਿਰ ਪਤਾ ਨਹੀਂ ਕੀ ਹੋਏਗਾ। ਬਿਲਕੁਲ, ਔਰ ਫਿਸਲਣ ਤੋਂ ਜਿਹੜਾ ਹੈ ਉਹ ਬਚਣਾ ਹੈਗਾ, ਗਾਈਡੈਂਸ ਦਾ ਧਿਆਨ ਦੇਣਾ, ਮਿਸ ਗਾਈਡੈਂਸ ਨਹੀਂ। ਔਰ ਇਸ ਦੇ ਨਾਲ ਇੱਕ ਇਹ ਵੀ ਚੀਜ਼ ਦੇਖਣੀ ਚਾਹੀ ਕਿ ਬੜੇ ਸਾਰੇ ਮੈਂਬਰ, ਤੁਸੀਂ ਬੜਾ ਮਾਣ ਦਿੰਦੇ ਹੋ ICCRC ਮੈਂਬਰ, ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ ਟੋਪ ਫਿਊ ਇਨ ਇੰਡੀਆ ਦੇ ਵਿੱਚ ਨਾਮ, ਬੜਾ ਇੱਜ਼ਤ ਮਾਣ। ਅੱਜ ਰੀਸੈਂਟਲੀ ਸੈਮੀਨਾਰ ਹੋਏ, ਇੰਨਾ ਰਸ਼, ਔਰ ਉਸੇ ਕਰਕੇ ਤੁਹਾਡੇ ਮਾਣ ਕਰਕੇ ਮੇਰੀ ਪਰਸਨਲ ਕਮਿਟਮੈਂਟ, ਤੁਹਾਡੀ ਪਰਸਨਲ ਕੇਅਰ ਦੀ। ਲੇਕਿਨ ਇਹ ਕਿ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਆਪ ਵੀ ਖਿਆਲ ਰੱਖਣਾ ਪਏਗਾ। ਬੜੇ ਸਾਰੇ ਕਈ ਜਿਹੜੇ ਇਹੋ ਜਿਹੇ ਵੀ ਦੇਖਣੇ ਚਾਹੀਏ ਕਿ ICCA ਲਿਖਦੇ ਨੇ ICCRC ਮੈਂਬਰ ਐਮਪੈਨਲਡ, ਉਹ ਹਾਇਰ ਕੀਤੇ ਹੁੰਦੇ ਆ। ਬਿਲਕੁਲ, ਉਹਨਾਂ ਨੇ ਇਹ ਵਰਡ ਲਿਖ ਕੇ ਬਸ ਉਹ ICCRC ਨੂੰ ਆਪਣੇ ਵਿਜ਼ਿਟਿੰਗ ਕਾਰਡ 'ਤੇ ਜਾਂ ਆਪਣੇ ਬੋਰਡ 'ਤੇ ਕਿਤੇ ਠੋਕ ਦਿੱਤਾ। ਅਤੇ ਬੱਚਿਆਂ ਦਾ, ਸਟੂਡੈਂਟਸ ਦਾ, ਪੇਰੈਂਟਸ ਦਾ ਵੀ ਆਪਣਾ ਖਿਆਲ ਕਰਨਾ ਬਣਦਾ ਹੈ ਕਿ ਕੌਣ ਮੈਂਬਰ ਐਮਪੈਨਲਡ ਹੈਗਾ, ਉਹ ICCRC ਮੈਂਬਰ ਇੰਡੀਆ 'ਚ ਹੈਗਾ, ਕੈਨੇਡਾ 'ਚ ਹੈਗਾ, ਕਿਆ ਉਹ ਸਿਰਫ ਪੈਸਿਆਂ ਦਾ ਲੈਣ ਦੇਣਾ, ਕਿਆ ਉਹ ਆਪ ਕੇਅਰ ਕਰਦਾ ਤੁਹਾਡੀ ਫਾਈਲ ਦੀ, ਕਿਆ ਉਹ ਆਪ ਮਿਲਿਆ, ਤੁਸੀਂ ਆਪ ICCRC ਮੈਂਬਰ ਨੂੰ ਮਿਲਣਾ ਹੈਗਾ। ਔਰ ਇਹ ਵੀ ਕਿ ਜਿਸ ਤਰ੍ਹਾਂ ਉਹ ਇੱਕ ਮੇਰਾ ਖਾਸ ਪਿਆਰ ਕਰਨ ਵਾਲਾ ਸੀਗਾ, ਜਿਸਨੇ ਕਿ ਅਸੀਂ ਸਰ ਅਸੀਂ ਬੜਾ ਇਕੱਲਾ ਫੀਲ ਕਰਦੇ ਤੁਹਾਡੇ ਜਾਣ ਤੋਂ ਬਾਅਦ, ਫਿਲਹਾਲ ਦਸੰਬਰ ਤੋਂ ਬਾਅਦ, ਸਰਦੀਆਂ ਤੋਂ ਬਾਅਦ, ਆ ਜਿਹੜੇ 2018 ਦੇ ਸਾਰੇ ਕੇਸਿਸ ਆ ਇਹਨਾਂ ਦੇ ਵੀਜ਼ੇ ਲਗਵਾ ਕੇ ਦਸੰਬਰ ਤੋਂ ਬਾਅਦ ਹੀ ਮੈਂ ਕੈਨੇਡਾ USA ਦਾ ਮੇਰਾ ਟੂਰ ਹੈਗਾ, ਉਦੋਂ ਤੱਕ ਇੰਡੀਆ ਦੇ ਵਿੱਚ ਤੁਹਾਡੀ ਸੇਵਾ ਵਾਸਤੇ ਹਾਜ਼ਰ। ਡਾਕਟਰ ਸਾਹਿਬ, ਕੁਛ ਵਾਈਟਸ ਨੇ ਜੀ, ਇਹਨਾਂ ਦੀ ਟੀਮ ਨੇ ਜੋ ਸੰਘਰਸ਼ ਕੀਤਾ, ਬੱਚਿਆਂ ਨੇ ਕੋਆਪਰੇਟ ਕੀਤਾ, ਵੀਜ਼ਾਜ਼ ਆਏ, ਉਹਨਾਂ ਦਾ ਤਜ਼ਰਬਾ ਸ਼ੇਅਰ ਕਰ ਰਹੇ ਹਾਂ। ਉਸ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਜਿਹੜੇ ਵਿਦਿਆਰਥੀ ਫੰਡਾਂ ਬਾਰੇ ਕੁਐਸਚਨਸ ਕਰ ਰਹੇ ਨੇ ਉਹਨਾਂ ਦੇ ਜਵਾਬ ਦੇਣ ਲਈ। Hello everyone, my name is Ayush, I am from Khanna. So last year I have done plus 2 in commerce stream in 2017. So after that I have done IELTS. I got 6 man, overall 6 man. After that my friend recommended me to go to the Pioneer Immigration so that I can launch my file. So after that staff gave me every information regarding visa. After that I have applied for the offer letter. Within 2 months I got the offer letter from Conestoga College, and after that I launched my file. Surprisingly within 21 days I got the visa, which is the best day of my life. See this, I got the visa. And friends, if you have any problem regarding visa, please visit to the Pioneer Immigration near your cities, and your problem will be solved.
and please launch file through the Pioneer Immigration. I recommend to all. My name is Sameen Kaur. I belong to Dhuri, District Sangrur. I have applied for my intake from the Pioneer Immigrants. I would like really thanks to the staff as well as the Ravi sir who really provided me the guidelines throughout how to get me the visa. I got my offer letter in just 1 month, and after that I got my visa just in the 14 days. Today I'm feeling very happy to receive the visa in Canada. So this I'm feeling very happy. Hello, my name is Dilip Singh. I'm from Sunam. I'm applying for Canada's visa. ਪਾਇਨੀਅਰ ਇਮੀਗ੍ਰੇਸ਼ਨ ਤੋਂ ਅਕਸੈਪਟ ਕੀਤਾ ਅਤੇ ਇਹਨਾਂ ਦੀ ਸਰਵਿਸਿਜ਼ ਬਹੁਤ ਵਧੀਆ ਨੇ ਅਤੇ ਮੈਂ ਬੀ ਐੱਸ ਸੀ ਐਗਰੀਕਲਚਰ ਕੀਤੀ ਹੈ ਅਤੇ ਮੇਰੇ ਓਵਰਆਲ 6 ਬੈਂਡ ਸੀ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਆਪਣੇ ਫਰੈਂਡ ਦੀ ਰਿਕਮੈਂਡੇਸ਼ਨ ਨਾਲ ਇੱਥੇ ਆਇਆ ਸੀ, ਬ੍ਰਾਂਚ ਮੋਹਾਲੀ ਬ੍ਰਾਂਚ ਵਿਜ਼ਿਟ ਕੀਤਾ ਸੀ ਅਤੇ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਦਾ, ਤੁਸੀਂ ਜ਼ਰੂਰ ਪਾਇਨੀਅਰ ਇਮੀਗ੍ਰੇਸ਼ਨ 'ਤੇ ਆਓ ਅਤੇ ਆਪਣੇ ਕੈਨੇਡਾ ਦਾ ਵੀਜ਼ਾ ਜ਼ਰੂਰ ਅਕਸੈਪਟ ਕਰੋ। ਥੈਂਕ ਯੂ। ਸੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਕੁਐਸਚਨ ਹੈਗਾ ਜੀ, ਡਾਕਟਰ ਸਾਹਿਬ ਦੋ ਕੁਐਸਚਨ ਨੇ, ਸਿਰਫ ਸਮਾਂ ਥੋੜ੍ਹਾ ਹੈਗਾ। ਪਹਿਲਾਂ ਤਾਂ ਇਹ ਕਿ ਇਸ ਵਕਤ ਜਿਹੜੇ ਜਰਨਲ ਦੇ ਵਿੱਚ ਫੰਡ ਨੇ ਉਹ ਕਿੰਨੇ ਸ਼ੋਅ ਕਰਨੇ ਪੈਂਦੇ ਨੇ? ਦੇਖੋ, ਬੜੇ ਸਾਰੇ ਕਾਲਜ ਯੂਨੀਵਰਸਿਟੀਜ਼ ਨੇ SDS ਅੰਬੈਸੀ ਚਾਹੁੰਦੀ ਸੀ, ਉਸਨੇ ਕੰਸਲਟੇਸ਼ਨ ਕੀਤੀ ਕਾਲਜਿਸ ਦੇ ਨਾਲ। ਕਈ ਕਾਲਜ ਯੂਨੀਵਰਸਿਟੀਜ਼ ਨੇ 2 ਸਮੈਸਟਰ ਦੀ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ, 1 ਸਮੈਸਟਰ ਨਹੀਂ ਐਕਸੈਪਟ ਕਰ ਰਹੇ, ਔਰ ਜਿਸ ਦਾ ਮਤਲਬ ਇਹ ਤਕਰੀਬਨ 7 ਤੋਂ 8 ਲੱਖ 1 ਸਾਲ ਦੀ ਫੀਸ ਔਰ 5 ਲੱਖ ਰੁਪਏ GIC ਦੇ, ਇਹ ਜੋੜ ਕੇ ਜਿਹੜਾ ਹੈਗਾ 12-13 ਲੱਖ। ਜਿਹੜਾ ਜਨਰਲ ਬੱਚਾ ਹੈਗਾ ਉਹ GIC ਨਹੀਂ ਕਰ ਸਕਦਾ, ਫੰਡ ਇਸ਼ੂ ਕਰਨੇ ਪੈਣੇ? ਜਨਰਲ ਵਾਲੇ ਜਿਹੜੇ ਆ, ਨਾਨ SPP ਜਨਰਲ ਵਾਲੇ ਵੀ GIC ਕਰ ਸਕਦੇ, ਯੂਨੀਵਰਸਿਟੀ ਵਾਲੇ ਵੀ ਕਰ ਸਕਦੇ ਹੈ। ਕਾਲਜਿਜ ਜਿਹੜੇ SPP ਦੀ ਲਿਸਟ 'ਚ ਆ ਉਹ SPP ਦੇ ਵਿੱਚ ਕਰਨਗੇ, ਔਰ ਜਿਹੜੇ ਉਹ ਕਾਲਜਿਜ SPP 'ਚ ਨਹੀਂ ਹੈਗੇ ਜਾਂ ਹੋਰ ਕਾਰਨਾਂ ਕਰਕੇ ਜਿਹੜਾ ਨੋਨ SPP ਜਾਣਾ ਚਾਹੁੰਦੇ ਨੇ ਉਹ ਵੀ ਆਪਣੀ GIC ਕਰਵਾ ਸਕਦੇ ਆ। ਯੂਨੀਵਰਸਿਟੀਜ਼ ਤੀਸਰੀ ਕੈਟੇਗਰੀ ਯੂਨੀਵਰਸਿਟੀਜ਼ ਦੀ ਹੈਗੀ ਹੈ, ਉਹ ਵੀ GIC ਕਰਵਾ ਸਕਦੇ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇ ਬੈਂਡ ਦਾ ਰਿਜ਼ਲਟ ਆ ਰਿਹਾ ਇਸ ਵਕਤ? ਬੈਂਚ ਮਾਰਕ ਕੁਛ ਚੇਂਜ ਹੋਇਆ ਕੈਨੇਡਾ ਦਾ, ਕਿਉਂਕਿ ਬੱਚਾ ਬਹੁਤ ਡਰਿਆ ਹੋਇਆ ਪੰਜਾਬ ਦੇ ਵਿੱਚ? ਬਿਲਕੁਲ, ਜਿਸ ਤਰ੍ਹਾਂ ਓਵਰਆਲ 6 NOT LESS THAN 5.5 ਦੇ ਔਫਰ ਲੈਟਰਾਂ ਨੂੰ ਕਾਫੀ ਦਿੱਕਤਾਂ ਆਈਆਂ ਔਰ ਰੋਲਾ ਜਿਹਾ ਪਿਆ ਸੀਗਾ, ਓਵਰਆਲ 6 NOT LESS THAN 6 ਕਰ ਦਿੱਤਾ ਐਮਬੈਸੀ ਨੇ ਜਾਂ ਕਰਨਾ ਚਾਹੁੰਦੀ ਹੈ। ਅਤੇ ਬੜੀ ਖੁਸ਼ਖਬਰੀ ਔਰ ਅੱਛੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਮਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਾਈ, 95% ਦੇ ਕਰੀਬ ਰਿਜ਼ਲਟਸ ਆਏ, ਬਹੁਤ ਜ਼ਿਆਦਾ ਅੱਛਾ ਹੈ। ਔਰ ਨੈਚੁਰਲੀ ਅਸੀਂ ਵੀ ਡਰਦੇ ਹੁੰਦੇ ਹਾਂ ਵੀ ਅੰਦਰ ਕੀ ਹੋਏਗਾ, ਵੀ ਕੋਈ ਪ੍ਰੋਬਲਮ ਨਾ ਆ ਜਾਏ। ਅਤੇ ਰੀਸੈਂਟ ਜਿਹੜੇ ਆ, ਕੱਲ੍ਹ ਤੱਕ ਦੇ ਵੀ ਰਿਜ਼ਲਟ ਜਿਹੜੇ ਆ, ਓਵਰਆਲ 6 NOT LESS THAN 5.5 ਈਵਨ ਵੀਕ ਕੇਸਿਸ ਦੇ ਵੀ ਵੀਜ਼ੇ ਆ ਰਹੇ ਆ, ਕੋਈ ਪ੍ਰੋਬਲਮ ਨਹੀਂ ਹੈ ਕਿਸੇ ਚੀਜ਼ ਦੀ। ਔਫਰ ਲੈਟਰਾਂ ਨੂੰ ਲੈ ਕੇ ਦਿੱਕਤ ਆ ਸਕਦੀ, ਥੋੜ੍ਹਾ ਜਿਹਾ ਟਾਈਮ ਵੱਧ ਲੱਗ ਸਕਦਾ, ਲੇਕਿਨ ਡੈਫੀਨੇਟਲੀ ਵੀਜ਼ਾ ਆਏਗਾ ਬਿਲਕੁਲ। ਲੇਕਿਨ ਨੈਚੁਰਲੀ ਕਾਲਜ ਦਾ ਧਿਆਨ ਰੱਖਣਾ, ਪ੍ਰਾਈਵੇਟ ਕਾਲਜ ਜਿਹੜੇ ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਉਹਨਾਂ ਦੇ ਵੀਜ਼ਾ ਚਾਂਸ ਵੈਰੀ ਵੈਰੀ ਲੋ, ਕਾਲਜ ਦੀ ਸਿਲੈਕਸ਼ਨ ਦਾ ਧਿਆਨ ਰੱਖਣਾ ਪਏਗਾ। ਥੈਂਕ ਯੂ ਡਾਕਟਰ ਸਾਹਿਬ, ਸਟੂਡੀਓ ਦੇ ਵਿੱਚ ਆਉਣ ਲਈ ਬਹੁਤ ਬਹੁਤ ਮਿਹਰਬਾਨੀ, ਔਰ ਦਰਸ਼ਕਾਂ ਦਾ ਵੀ ਸ਼ੁਕਰੀਆ। ਉਮੀਦ ਕਰਾਂਗੇ ਪ੍ਰੋਗਰਾਮ ਅੱਜ ਦਾ ਜਿਹੜਾ ਸ਼ੋਅ ਹੈ ਤੁਹਾਡੇ ਲਈ ਲਾਹੇਵੰਦ ਹੋਊਗਾ। ਵਧੇਰੇ ਜਾਣਕਾਰੀ ਲਈ ਤੁਸੀਂ ਪਾਇਨਰ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਕੰਪਲੀਕੇਸ਼ਨਸ ਹੈਗੀ ਹੈ, ਕਨਫਿਊਜ਼ਨ ਹੈਗੀ ਹੈ, ਜਾਂ ਤੁਸੀਂ ਜਨਵਰੀ ਇਨਟੇਕ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ, ਔਰ ਜਿਹੜੇ ਜਿਹੜੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਸੈਮੀਨਾਰ ਕਰਨ ਜਾ ਰਹੇ ਨੇ ਉਹਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਤੇ ਹੈ। ਮੈਂ ਚਾਹੁੰਦਾ ਇੱਕ ਸਕਿੰਟ ਵਾਸਤੇ, ਮੈਂ ਤੁਸੀਂ ਦੁਬਾਰਾ ਬੋਲ ਦਿਓ ਜਾਂ ਮੈਂ ਬੋਲ ਦਿਆਂ? ਤੁਸੀਂ ਬੋਲ ਦਿਓ ਜੀ, ਕੋਈ ਗੱਲ ਨਹੀਂ। ਮੈਂ ਵੈਨਸਡੇ ਨੂੰ 6 ਤਰੀਕ ਨੂੰ ਚੰਡੀਗੜ੍ਹ ਜੀ, ਥਰਸਡੇ 7 ਤਰੀਕ ਨੂੰ ਮੋਹਾਲੀ ਆਫਿਸ ਦੇ ਵਿੱਚ, ਫਰਾਈਡੇ 8 ਤਰੀਕ ਨੂੰ ਜਲੰਧਰ ਦੇ ਵਿੱਚ, ਔਰ ਸੈਟਰਡੇ 9 ਤਰੀਕ ਨੂੰ 9 ਜੂਨ ਨੂੰ ਅੰਮ੍ਰਿਤਸਰ ਆਫਿਸ ਦੇ ਵਿੱਚ ਮੈਂ ਆਪ ਮਿਲੂੰਗਾ ਸਟੂਡੈਂਟਸ ਨੂੰ, ਪੇਰੈਂਟਸ ਨੂੰ। ਅਗਲੇ ਹਫਤੇ 13 ਤਰੀਕ ਨੂੰ ਵੈਨਸਡੇ ਨੂੰ ਚੰਡੀਗੜ੍ਹ ਆਫਿਸ ਦੇ ਵਿੱਚ, 14 ਤਰੀਕ ਨੂੰ ਮੋਗਾ, ਔਰ 15 ਤਰੀਕ ਨੂੰ ਫਿਰੋਜ਼ਪੁਰ, ਔਰ 16 ਤਰੀਕ ਨੂੰ ਲੁਧਿਆਣਾ ਆਫਿਸ ਦੇ ਵਿੱਚ ਮੈਂ ਮਿਲੂੰਗਾ, ਹਰ ਵੈਡਨਸਡੇ ਜਿਹੜਾ ਹੈ ਚੰਡੀਗੜ੍ਹ ਆਫਿਸ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਦਰਸ਼ਕਾਂ ਦਾ ਵੀ ਧੰਨਵਾਦ, ਸਤਿ ਸ਼੍ਰੀ ਅਕਾਲ।